सवेरे सवेरे कड़ाके की ठंड च घरों बाहर निकल गली च खड़े कुछ लोग ये रात की वारदात तो इन्ने सहमे हुए ने कि हुण पुलिस दे आउण दा इंतजार कर रहे ने। इस गली च अद्धी रात जबरदस्त धमाकियां नाल पूरा इलाका सहम उठा ते जदों लोकां बाहर आ के देखिया तां सीन हिला के रख देण वाला सी। वारदात करन वाले मोटरसाइकल सवार दो नौजवान सीसीटीवी कैमरे च कैद हो गए। सीसीटीवी कैमरे च नज़र आ रहे ने दो नौजवान जो एक कार ते पेट्रोल सुट अग लगा रहे ने, पर धुंध दे कारण इन्हां दी तस्वीर साफ विखाई नहीं दे रही। मामला फिरोजपुर के आजाद नगर इलाके का जिथे अद्धी रात इस मुहल्ले च जो कुछ होया उस करके इलाके दे लोग पूरी तरह कंब गए ने। रात डेढ़ बजे अनपछाते आए दो मुंडे जी ते जिन्हां ने तेल पा के गड्डी नूं अग लाई है ते गड्डी दे ब्लास्ट होण तों बाद जदों घर दे शीशे साडे टुटे आ जी उस तों बाद सानूं पता लग्गा कि गड्डी नूं अग ला दित्ती गई है। पर देखो जी जे होर 10 तों 15 मिंट असीं ना उठदे ते इही अग जे डीजल तक पहुंचदी ते घर नूं वी अग लग सकदी सी। ਹੋਰ ਵੀ ਕੋਈ ਜਾਨੀ ਮਾਨੀ ਨੁਕਸਾਨ ਕਰ? ਬਿਲਕੁਲ ਜੀ ਬਿਲਕੁਲ, ਸਾਡੀ ਪਿੱਛੇ ਕਿਚਨ ਹੈ, ਸਿਲੰਡਰ ਪਿਆ ਹੋਇਆ ਜੀ, ਸਿਲੰਡਰ ਨੂੰ ਅੱਗ ਲੱਗਦੀ ਤੇ ਅਸੀਂ ਤਾਂ ਅੰਦਰ ਸੁੱਤੇ ਹੀ ਰਹਿ ਜਾਣਾ ਸੀਗਾ। ਬਸ ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਹੈ ਜੀ ਬਣਦੀ ਕਾਰਵਾਈ ਇਹ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਕਿੰਨੇ ਕੁ ਵਜੇ ਘਟਨਾ ਨੂੰ ਅੰਜਾਮ ਦਿੱਤਾ ਸਰ? ਡੇਢ ਵਜੇ ਦੇ ਲਗਭਗ ਜੀ। ਅਸੀਂ ਉਸ ਤੋਂ ਬਾਅਦ ਸਾਰੇ ਕੈਮਰੇ ਵੀ ਖੰਗਾਲੇ ਆ, ਇਹ ਲੋਕ ਇੱਧਰੋਂ ਕੈਂਡਲ ਵੁੱਡ ਤੋਂ ਨਿਕਲਦੇ ਹੋਏ ਸਿਟੀ ਪਲਾਜ਼ਾ ਵੱਲ ਗਏ ਆ। ਕਿੰਨੇ ਜਣੇ ਸੀਗੇ ਉਹਦੇ ਸਾਰ? ਸਰ ਬਾਈਕ ਤੇ ਦੋ ਜਣੇ ਸੀਗੇ, ਮੂੰਹ ਬੰਨੇ ਹੋਏ ਸੀ ਉਹਨਾਂ ਦੇ ਤੇ ਧੁੰਦ ਕਰਕੇ ਪਤਾ ਨਹੀਂ ਲੱਗ ਰਿਹਾ ਜੀ, ਫੇਸ ਨਹੀਂ ਪਤਾ ਲੱਗਦਾ। ਬਾਕੀ ਉਂਝ ਬਾਈਕ ਤੇ ਦੋ ਮੁੰਡੇ ਆਉਂਦੇ ਆ ਤੇ ਉਹ ਬੋਟਲ ਦੇ ਵਿੱਚ ਪੈਟਰੋਲ ਪਾ ਕੇ ਉਹਨਾਂ ਨੇ ਅੱਗ ਲਾਈ ਹੈ, ਲਾ ਕੇ ਤੇ ਇੱਕੋਦਮ ਨਾਲ ਹੀ ਉਹ ਨਿਕਲ ਜਾਂਦੇ ਆ। ਸਖਤ ਕਾਰਵਾਈ ਜੀ। ਦੇਖੋ ਤਮਨ ਜੀ ਨੇ ਕੱਲ੍ਹ ਰਾਤ ਪਰਚਾ ਕੱਟਤਾ ਜੀ ਤੇ ਬਾਕੀ ਉਹ ਆਪਦੀ ਕਾਰਵਾਈ ਹੁਣ ਕਰਦੇ ਪਏ ਆ ਤੇ ਬਸ ਇਹੀ ਮੰਗ ਹੈ ਜੀ ਬਣਦੀ ਕਾਰਵਾਈ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਫੜਿਆ ਜਾਵੇ। ਇਹ ਸਕੋਡਾ ਗੱਡੀ ਹੈ ਜੀ, ਅਸੀਂ ਰਾਤ ਸਾਰੇ ਆ ਕੇ ਘਰ ਦੇ ਵਿੱਚ ਜਦੋਂ ਰੈਸਟ ਰੁਸਟ ਕਰਨ ਲੱਗੇ ਰਾਤ 1:30 ਵਜੇ ਦਾ ਟਾਈਮ ਸੀਗਾ। ਦੋ ਅਣਪਛਾਤੇ ਆਏ ਆ ਜੀ, ਪਹਿਲਾਂ ਤਾਂ ਪਤਾ ਲੱਗਾ ਮੋਟਰਸਾਈਕਲ ਰੁਕਿਆ ਵਾ, ਸਾਨੂੰ ਅੰਦਰ ਆਵਾਜ਼ ਵੀ ਆ ਰਹੀ ਵੀ ਮੋਟਰਸਾਈਕਲ ਇੱਕ ਦੋ ਜਾਣੇ ਚੱਕਰ ਮਾਰੇਗਾ। ਚਲੋ ਰਾਤ ਦਾ ਟਾਈਮ ਆ, ਕੋਈ ਨਾ ਕੋਈ ਲੰਘਦੇ ਵੱਧਦੇ ਆ ਕਿਉਂਕਿ ਗਲੀ ਚੱਲਦੀ ਆ। ਜਦੋਂ ਸਾਰੇ ਰੈਸਟ ਕਰ ਰਹੇ ਆ ਤਾਂ ਇੱਕੋ ਦਮ ਆਵਾਜ਼ ਪਟਾਕੇ ਦੀ ਆਈ ਅਤੇ ਵੇਖਿਆ ਬਾਹਰ ਤਾਂ ਬਹੁਤ ਚੰਗਿਆੜੇ ਪੈਟਰੋਲ ਪਾ ਕੇ ਅਤੇ ਅੱਗ ਲਾ ਕੇ ਭੱਜ ਗਏ। ਕਿੰਨੀ ਕੁ ਜ਼ਬਰਦਸਤ ਬਹੁਤ ਜ਼ਿਆਦਾ ਜੀ, ਜਿਹਦੇ ਨਾਲ ਕਿ ਸਾਰੀ ਗਲੀ ਬਾਹਰ ਆ ਗਈ, ਸਾਰਾ ਸਿਸਟਮ ਇੰਨਾ ਕੁ ਬਲਾਸਟ ਤਕੜਾ ਸੀ ਕਿ ਸੋਚਣ ਦੀ ਸ਼ਕਤੀ ਖਤਮ ਹੋ ਗਈ ਸੀ ਕਿ ਕੀ ਕਰੀਏ ਕੀ ਨਾ ਕਰੀਏ। ਹਾਲਾਤ ਐਡੇ ਕਿ ਮਾੜੇ ਹੋ ਚੁੱਕੇ ਸੀਗੇ, ਕੁਦਰਤੀ ਗੱਲ ਹੈ ਕਿ ਲਾਗੇ ਰੇਤ ਜਾਂ ਪਾਣੀ ਨਾ ਹੁੰਦਾ ਤਾਂ ਬਹੁਤ ਬੁਰਾ ਹਾਲ ਹੋਣਾ, ਕਿਉਂਕਿ ਬੈਕ ਸਾਈਡ 'ਤੇ ਰਸੋਈ ਵੀ ਹੈਗੀ, ਕਿਚਨ ਵੀ ਹੈਗੀ ਆ ਅਤੇ ਗੱਡੀ 'ਚ ਡੀਜ਼ਲ ਸੀਗਾ ਹੋਰ ਵੀ? ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਬੈਕ ਸਾਈਡ 'ਤੇ ਡੀਜ਼ਲ ਸੀਗਾ ਕਿਉਂਕਿ ਜੇ ਸਾਰੇ ਗਲੀ ਮਿਲ ਕੇ ਨਾ ਸਾਥ ਦਿੰਦੀ ਤਾਂ ਬਹੁਤ ਹੋਰ ਜ਼ਿਆਦਾ ਬਲਾਸਟ ਹੋ ਸਕਦਾ ਸੀਗਾ, ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਇਸ ਸੰਬੰਧ 'ਚ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਸੀਸੀਟੀਵੀ ਵੀਡੀਓ ਦੇ ਆਧਾਰ 'ਤੇ ਦੋਸ਼ੀਆਂ ਨੂੰ ਤਲਾਸ਼ਣ 'ਚ ਲੱਗੀ ਹੋਈ ਹੈ। ਕਹੀ ਹੈਗੀ ਹੈ ਮੋਟਰਸਾਈਕਲ 'ਤੇ ਸੀਸੀਟੀਵੀ ਸਾਹਮਣੇ ਆਈ, ਕੀ ਸਰ ਮਾਮਲਾ ਹੈਗਾ ਔਰ ਕੀ ਕਾਰਵਾਈ ਕੀਤੀ ਜਾ ਰਹੀ ਹੈਗੀ ਹੈ? ਜੀ ਇਹ ਆਪਣੇ ਨਾ ਸਿਟੀ 'ਚ ਆਜ਼ਾਦ ਨਗਰ ਹੈ, ਉੱਥੇ ਦੋ ਭਰਾ ਰਹਿੰਦੇ, ਸ਼ਮਿੰਦਰ ਸਿੰਘ ਅਤੇ ਬਲਜਿੰਦਰ ਸਿੰਘ। ਇਹਨਾਂ ਦੇ ਘਰ ਦੇ ਬਾਹਰ ਇਹਨਾਂ ਦੀ ਸਕੋਡਾ ਗੱਡੀ ਸੀਗੀ, ਜਿਹੜੇ ਬੀਤੀ ਰਾਤ ਜਿਹੜੇ ਅਬਾਊਟ 1:30 ਵਜੇ ਦੀ ਗੱਲ ਹੈ ਕਿ ਦੋ ਅਣਪਛਾਤੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਉਂਦੇ ਹੈ ਅਤੇ ਕੋਈ ਪੈਟਰੋਲ ਜਾਂ ਕੋਈ ਫਲੇਮੇਬਲ ਚੀਜ਼ ਨਾਲ ਗੱਡੀ ਨੂੰ ਅੱਗ ਲਾ ਕੇ ਚਲੇ ਜਾਂਦੇ ਆ, ਜਿਹਦੇ ਨਾਲ ਗੱਡੀ ਦੇ ਇੱਕ ਟਾਇਰ 'ਚ ਬਲਾਸਟ ਹੋਇਆ, ਇੱਕ ਬੈਟਰੀ 'ਚ ਬਲਾਸਟ ਹੋਇਆ ਅਤੇ ਗੱਡੀ ਟੋਟਲੀ ਡੈਮੇਜ ਹੋ ਜਾਂਦੀ ਹੈ। ਅਸੀਂ ਸੀਸੀਟੀਵੀ ਫੁਟੇਜ ਦੇ ਪਿੱਛਾ ਕਰ ਰਹੇ ਹਾਂ ਅਤੇ ਜਲਦ ਤੋਂ ਜਲਦ ਟਰੇਸ ਕਰ ਦਾਂਗੇ ਇਸ ਕੇਸ ਨੂੰ। ਸੂਬੇ ਦੇ ਹਾਲਾਤ ਦਿਨੋ ਦਿਨ ਵੱਧ ਤੋਂ ਵੱਧਤਰ ਹੁੰਦੇ ਜਾ ਰਹੇ ਨੇ, ਅਜਿਹਾ ਸ਼ਾਇਦ ਹੀ ਕੋਈ ਦਿਨ ਲੰਘਦਾ ਹੋਵੇ ਜਦੋਂ ਕੋਈ ਵਾਰਦਾਤ ਨਾ ਹੋਵੇ। ਖੈਰ ਹੁਣ ਦੇਖਣਾ ਇਹ ਹੈ ਕਿ ਇਸ ਮਾਮਲੇ 'ਚ ਪੁਲਿਸ ਕਿੰਨੀ ਛੇਤੀ ਦੋਸ਼ੀਆਂ ਨੂੰ ਕਾਬੂ ਕਰ ਵਾਰਦਾਤ ਦੇ ਕਾਰਨਾਂ ਦਾ ਪਤਾ ਲਗਾ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜਦੀ ਹੈ। ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ। ਨਸੀਬ ਚਮਕਦੇ ਅਤੇ ਕਿਸਮਤ ਬਦਲਦੇ, ਥੇੜ ਨਹੀਂ ਲੱਗਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਿਰ ਬਾਬਾ ਵਸੀ ਜੀ 9880098828। 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਕਦੋਂ ਬਦਲੇਗੀ ਤਕਦੀਰ? ਸੱਚਾ ਪਿਆਰ ਮਿਲੇਗਾ ਜਾਂ ਨਹੀਂ? ਪਰੇਸ਼ਾਨੀ ਜਿਵੇਂ ਪਿਆਰ 'ਚ ਧੋਖਾ, ਲਵ ਮੈਰਿਜ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਦਾ ਖਾਤਮਾ, ਪਤੀ ਪਤਨੀ 'ਚ ਝਗੜਾ, ਤਲਾਕ ਕੇਸ, ਵਿਦੇਸ਼ 'ਚ ਪੱਕੇ ਹੋਣਾ, ਕਰਜ਼ਾ ਮੁਕਤੀ, ਔਲਾਦ ਸੁੱਖ। ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ। ਧੋਖੇਬਾਜ਼ ਅਤੇ ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਪਿਆਰ 'ਚ ਤੜਫਦਾ ਵੇਖੋ।